हरियाणा में हीरो ऑफ द लद्दाख लेफ्टिनेंट जनरल विक्रम सिंह का 9 फट ऊंचा बत लगाया गया। 1962 की जंग में लेफ्टिनेंट जनरल विक्रम सिंह की रणनीति व उनकी अगुवाई में भारतीय फौज ने बहादुरी दिखाते हुए लद्दाख के बड़े हिस्से को बचाया था तथा इसी जंग के बाद उनका नाम लद्दाख द हीरो पड़ गया। लद्दाख को चीनी कब्जे में जाने से बचाया गया था। इन्हीं हीरो ऑफ लद्दाख का 9 फुट ऊंचा व 3 टन वजनी बुत बलाचोर के सियाना में स्थापित किया गया। यह बुत सरकारी स्कूल की जमीन पर सड़क की तरफ कमेटी द्वारा स्ट्रक्चर तैयार करवा कर लगवाया गया, परंतु वह ढोल धमाके के साथ मेहंदीपुर के लेफ्टिनेंट जनरल विक्रम सिंह सीनियर सेकेंडरी स्कूल से उनके बुत को महिंद्रा पिकअप में मेहंदीपुर रोड बेन चौक गढ़शंकर रोड होते हुए गाँव सियाना में स्थापित किया गया, जहां पर शहरवासियों ने फूलों की वर्षा की और माला अर्पित की गई। शहर में काफ़ी उत्साह भी देखा गया क्योंकि काफ़ी लंबे से लेफ्टिनेंट जनरल विक्रम सिंह को याद करते हुए बलाचोर में बुत लगाने की बात चल रही थी। इस मौके पर ज्ञान सिंह चंडीगढ़, रशपाल सिंह चंडीगढ़, जसविंदर सिंह काहमा, लाल बहादुर गांधी और कई मोहतवार हाजिर थे। बलाचोर से जितेंद्र पाल सिंह कलेर की खास रिपोर्ट। अज बड़ी खुशी वाली गल है, शहीद लेफ्टिनेंट जनरल विक्रम सिंह हीरो ऑफ लद्दाख का अज बुत पिंड सियाणा विखे लग रहा है। साडे विच मुख मेहमान ज्ञान सिंह जी भौंडा साहब, रशपाल सिंह जी होर इन्हां दे सज्जन चंडीगढ़ तो आए हैं। इन्हां दे पहुँचण दा असीं बहुत बहुत धन्यवाद करते हैं। वाहिगुरू जी का खालसा, वाहिगुरू जी। ਜਗਤਾਰ ਸਿੰਘ ਜੀ, ਅੱਜ ਮੈਂ ਸਮਝਦਾ ਬਹੁਤ ਵੱਡੀ ਖੁਸ਼ੀ ਦਾ ਦਿਹਾੜਾ, ਜਿਹੜਾ ਕਿ ਸਾਡੇ ਬਹੁਤ ਹੀ ਸਿੱਖ ਕੌਮ ਦੀ, ਸਾਡੀ ਦੇਸ਼ ਦੀ ਸ਼ਾਨ, ਸ਼ਹੀਦ ਜਨਰਲ ਵਿਕਰਮ ਸਿੰਘ ਦੇ ਅੱਜ ਜਿਹੜਾ ਬੁੱਤ ਪਿੰਡ ਸਿਆਣਾ ਦੇ ਵਿੱਚ ਲੱਗ ਰਿਹਾ। ਪਰ ਮੈਂ ਸਮਝਦਾ ਇਹ ਬੁੱਤ ਜਿਹੜਾ ਅੱਜ ਲਾਇਆ ਜਾ ਰਿਹਾ, ਇਹ ਸੈਂਟਰ ਦੀਆਂ ਸਰਕਾਰਾਂ ਨੂੰ ਜਾਂ ਸਟੇਟ ਦੀਆਂ ਸਰਕਾਰਾਂ ਨੂੰ ਚਾਹੀਦਾ ਸੀ ਕਿ ਬਹੁਤ ਪਹਿਲਾਂ ਹੀ ਜਿਹੜਾ ਬੁੱਤ ਇੱਥੇ ਲੱਗਣਾ ਚਾਹੀਦਾ ਸੀ, ਕਿਉਂਕਿ ਸਾਰੇ ਦੇਸ਼ ਦਾ ਦੇਸ਼ ਦੀ ਰਾਖੀ ਕਰਦਿਆਂ ਜੇ ਆਪਾਂ ਗੱਲ ਕਰੀਏ, ਸਰਦਾਰ ਜਨਰਲ ਵਿਕਰਮ ਸਿੰਘ ਜੀ ਆਪਣੀ ਸ਼ਹੀਦੀ ਉਹਨਾਂ ਨੇ ਪਾਈ ਹੈ, ਔਰ ਜਿਸ ਤਰ੍ਹਾਂ J&K ਦੇ ਵਿੱਚ, ਲੱਦਾਖ ਦੇ ਵਿੱਚ ਲੋਕ ਜਿਹੜੇ ਹੈ ਜਨਰਲ ਸਾਹਿਬ ਨੂੰ ਪੂਜਦੇ ਹੈ, ਇਸੇ ਤਰ੍ਹਾਂ ਸਾਨੂੰ ਵੀ ਆਪਣੇ ਨਗਰ ਵਾਲਿਆਂ ਨੂੰ ਚਾਹੀਦਾ, ਆਪਣੀ ਸਾਡੀ ਸਟੇਟ ਨੂੰ ਖਾਸ ਕਰਕੇ, ਮੈਂ ਸਮਝਦਾ ਸਾਰੇ ਦੇਸ਼ ਨੂੰ ਚਾਹੀਦਾ ਇਹੋ ਜਿਹੇ ਯੋਧਿਆਂ ਨੂੰ ਹਮੇਸ਼ਾ ਹੀ ਪੂਜਣਾ ਚਾਹੀਦਾ, ਕਿਉਂਕਿ ਆਪਣੀ ਦੇਸ਼ ਦੀ ਖਾਤਰ ਜਿਹੜਾ ਇਹਨਾਂ ਨੇ ਆਪਣੀ ਜਿਹੜੀ ਸ਼ਹੀਦੀ ਪਾਈ ਹੈ। ਮੈਂ ਸਲਾਮ ਕਰਦਾ ਸਰਦਾਰ ਜਸਵਿੰਦਰ ਸਿੰਘ ਜੀ ਨੂੰ ਵੀ, ਜਿਨ੍ਹਾਂ ਨੇ, ਜਿਨ੍ਹਾਂ ਦੀ ਮਿਹਨਤ ਸਦਕਾ ਜਿਨ੍ਹਾਂ ਨੇ ਅੱਜ ਇਹ ਪਿੰਡ ਸਿਆਣਾ ਦੇ ਵਿੱਚ ਜੋ ਸਾਨੂੰ ਸਿਆਣਾ ਵਾਸੀਆਂ ਨੂੰ ਇਹ ਚਾਹੀਦਾ ਸੀ, ਉਹ ਕਾਮਾ ਸਾਹਿਬ ਨੇ ਮਿਹਨਤ ਕਰਕੇ ਜਿਹੜਾ ਇੱਥੇ ਅੱਜ ਬੁੱਤ ਲਾਇਆ, ਮੈਂ ਇਹਨਾਂ ਦਾ ਬਹੁਤ ਰਿਣੀ ਹਾਂ, ਔਰ ਸਾਰੀ ਇਹਨਾਂ ਦੀ ਟੀਮ ਦਾ ਰਿਣੀ ਹਾਂ, ਔਰ ਨਗਰ ਨਿਵਾਸੀਆਂ ਦਾ ਵੀ ਬਹੁਤ ਰਿਣੀ ਹਾਂ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਇੱਥੇ ਆਪਣੀ ਹਾਜ਼ਰੀ ਲਾਈ। ਮੈਂ ਆਨੰਦ ਕਿਸ਼ੋਰ, ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਬਲਾਚੌਰ। ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਲੈਫਟੀਨੈਂਟ ਜਨਰਲ ਵਿਕਰਮ ਸਿੰਘ, ਜਿਹੜੇ ਕਿ ਸਾਡੇ ਬਲਾਚੌਰ ਨੂੰ ਬਿਲੋਂਗ ਕਰਦੇ ਸੀ, ਨਾਲ ਹੀ ਪਿੰਡ ਪੈਂਦਾ ਸਿਆਣਾ, ਅਤੇ ਉਹਨਾਂ ਨੇ ਦੇਸ਼ ਦੇ ਪ੍ਰਤੀ ਆਪਣੀ ਭਾਵਨਾਵਾਂ ਨੂੰ ਪ੍ਰਗਟ ਕਰਦੇ ਹੋਏ ਦੇਸ਼ ਲਈ ਸ਼ਹੀਦੀ ਪ੍ਰਾਪਤ ਕਰ ਲਈ ਸੀ, ਅਤੇ ਉਹਨਾਂ ਦੀ ਮੌਤ ਇੱਕ ਅਚਾਨਕ ਏਅਰ ਕ੍ਰੈਸ਼ ਹੋ ਗਈ ਸੀ। ਅੱਜ ਸਾਡੀ ਇੱਕ ਸੁਸਾਇਟੀ ਬਲਾਚੌਰ ਦੇ ਵਿੱਚ, ਜਿਹੜੀ ਕਿ ਬਹੁਤ ਵਧੀਆ ਲੋਕਾਂ ਨੇ ਬਣਾਈ ਆ, ਉਹਨਾਂ ਨੇ ਇੱਕ ਉਹਨਾਂ ਦਾ ਬੁੱਤ ਤਿਆਰ ਕਰਕੇ ਜਿਹੜਾ ਕਿ ਗੌਰਮੈਂਟ ਹਾਈ ਸਕੂਲ ਸਿਆਣੇ ਵਿੱਚ ਸਥਾਪਿਤ ਕਰ ਰਹੇ ਆ, ਅਤੇ ਉਹਨਾਂ ਦੇ ਲਈ ਅਸੀਂ ਉਹਨਾਂ ਦਾ ਬੁੱਤ ਜਿਹੜਾ ਮਹਿੰਦੀਪੁਰ ਗੁਰਦੁਆਰੇ ਤੋਂ ਚੱਲ ਕੇ ਸਿਆਣੇ ਉਹਨਾਂ ਦੇ ਪਿੰਡ ਆਪਾਂ ਸਥਾਪਿਤ ਕਰਨ ਜਾ ਰਹੇ ਹਾਂ ਗੌਰਮੈਂਟ ਹਾਈ ਸਕੂਲ ਦੇ ਵਿੱਚ। ਉਹਨਾਂ 'ਤੇ ਅਸੀਂ ਬਲਾਚੌਰ ਦੇ ਸ਼ਹਿਰ ਨਿਵਾਸੀ, ਮੇਰੇ ਨਾਲ ਸਾਰੇ ਮੇਰੇ ਭੈਣ ਭਰਾ ਦੁਕਾਨਦਾਰ, ਇਹਨਾਂ ਨੇ ਉਹਨਾਂ 'ਤੇ ਅੱਜ ਅਸੀਂ ਫੁੱਲਾਂ ਦੀ ਵਰਸ਼ਾ ਕਰ ਰਹੇ ਹਾਂ, ਅਤੇ ਅਸੀਂ ਉਹਨਾਂ ਨੂੰ ਅਸੀਂ ਯਾਦ ਵੀ ਕਰ ਰਹੇ ਹਾਂ। ਇਹ ਜਿਹੜਾ ਬੁੱਤ ਹੈ ਅੱਜ ਉੱਥੇ ਅਸੀਂ ਲਾਵਾਂਗੇ, ਅਤੇ ਇਹਦਾ ਜਿਹੜਾ ਅਨਾਵਰਨ ਹੈ, ਜਿਹੜਾ ਉਹਦਾ ਪਰਦੇ ਹਟਾਉਣ ਦੀ ਰਸਮ ਹੈ, ਉਹ 22 ਨਵੰਬਰ ਇੱਕ ਆਰਮੀ ਰੀਤੀ ਰਿਵਾਜ ਦੇ ਨਾਲ ਕੀਤੀ ਜਾਊਗੀ। ਬਹੁਤ ਬਹੁਤ ਧੰਨਵਾਦ ਜੀ।